ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੀ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਆਏ ਨੇ ਉਹ ਲੈਂਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਸੁਖਵਿੰਦਰ ਸਿੰਘ ਰਿਆਤਗਿਰੀ ਦਾ, ਸਾਡੇ ਪਹਿਲੇ ਸੈਗਮੈਂਟ 'ਤੇ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਜੀ, ਅਵਰ ਜਥੇਦਾਰਸ ਆਰ ਬਿਜ਼ੀ ਇਨ ਟਰੈਵਲ ਟ੍ਰਿਵੀਅਲ ਥਿੰਗਸ ਟ੍ਰਿਵੀਅਲ ਥਿੰਗਸ ਬਟ ਇਗਨੋਰ ਮੇਜਰ ਇਸ਼ੂਜ਼, ਅਟੈਂਡੈਂਸ ਆਫ ਹਜੂਰੀ ਰਾਗੀ ਇਨ ਏ ਪ੍ਰਾਈਵੇਟ ਬੰਗਲੋ ਆਨੰਦ ਕਾਰ ਦੀ ਇਜ਼ ਪ੍ਰੂਵ ਆਫ ਦਿਸ। ਦੇਖੋ, ਇਹ ਨਹੀਂ ਹੈ ਕਿ ਵੀ ਉਹ ਛੋਟੀਆਂ ਗੱਲਾਂ 'ਚ ਰੁੱਝੇ ਹੋਏ ਨੇ, ਉਹ ਆਪਣੇ ਆਕਾ ਮਾਸਟਰ ਨੂੰ ਫੋਲੋ ਕਰਦੇ ਨੇ ਔਰ ਇਸ ਲੈਵਲ ਦੀ ਕਲੀਅਰੈਂਸ ਕਿ ਅੰਮ੍ਰਿਤਸਰ ਤੋਂ ਉੱਥੇ ਬਾਲੀਵੁੱਡ 'ਚ ਬੰਬੇ 'ਚ ਪਹੁੰਚ ਗਏ, ਹਜ਼ੂਰੀ ਰਾਗੀ ਵੀ ਔਰ ਅਰਦਾਸੀਆ ਵੀ, ਆਪਣੇ ਤੌਰ ਦੇ ਉੱਤੇ ਇਸ ਲੈਵਲ ਦਾ ਨਹੀਂ ਹੈ। ਇਹ ਬਾਦਲਾਂ ਦੀਆਂ ਡਾਇਰੈਕਸ਼ਨਸ ਨੇ ਔਰ ਜ਼ਾਹਰ ਹੈ ਕਿ ਇਹ ਸਾਰੇ ਜਿਹੜੇ ਹੁਣ ਧਾਰਮਿਕ ਸਰਕਾਰੀ ਜਥੇਦਾਰ ਔਰ ਇਹ ਸਾਰੇ ਜਿਹੜੇ ਨੇ ਇਹ ਆਪਣੇ ਆਖਾਂ ਨੂੰ ਫੋਲੋ ਕਰਦੇ। ਬਿਲਕੁਲ, ਜੀਤਾ ਸੰਦਲ ਵੀ ਸਾਨੂੰ ਲਿਖਦੇ ਨੇ, ਅੱਗੇ ਰਜਿੰਦਰ ਸਿੰਘ ਲਿਖਦੇ ਨੇ, ਲੋਕ ਜਿਹੜੇ ਬਿਨਾਂ ਵਜੇ ਪਬਲਿਸਿਟੀ ਲੈਣਾ ਚਾਹੁੰਦੇ ਨੇ ਉਹ ਹਰ ਵੇਲੇ ਮੌਕੇ ਦੀ ਤਾੜ 'ਚ ਹੁੰਦੇ ਆ, ਰੱਬ ਤਾਂ ਕਣ ਕਣ 'ਚ ਵਸਦਾ। ਫਿਰ ਉਹਨਾਂ ਦਾ ਅਗਲਾ ਫਿਰ ਮੈਸੇਜ ਆ ਗਿਆ, ਕੀ ਗੱਲ ਬਈ, ਫਿਲਮੀ ਲੋਕ ਰੱਬ ਨੂੰ ਨਹੀਂ ਮੰਨਦੇ, ਜੇ ਆਨੰਦ ਕਾਰਜ ਬੰਗਲੇ 'ਚ ਹੋ ਗਿਆ ਤਾਂ ਫਿਰ ਕੀ ਹੋਇਆ, ਹੋ ਸਕਦਾ ਮਹਿਮਾਨ ਜ਼ਿਆਦਾ ਹੋਣ ਜੀ। ਦੇਖੋ, ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਪਰ ਗੁਰੂ ਗ੍ਰੰਥ ਸਾਹਿਬ ਇਸ਼ਟ ਨੇ, ਓਬਜੈਕਟ ਨਹੀਂ ਨੇ ਜੀ। ਔਰ ਸਾਡਾ ਕੰਸਰਨ ਇਹ ਹੈ ਕਿ ਜਿਹੜਾ ਵੀ ਜਿਸ ਮਜ਼ਹਬ 'ਚ ਫੇਥ 'ਚ ਯਕੀਨ ਰੱਖਦਾ ਹੈ, ਜੇ ਉਹਨੇ ਜੀਵਨ ਸਾਥੀ ਦੇ ਨਾਲ ਜੀਵਨ ਨਿਭਾਹ ਕਰਨ ਦੇ ਪ੍ਰਣ ਕਰਨੇ ਨੇ ਤਾਂ ਜਿਸ 'ਚ ਤੁਹਾਡਾ ਫੇਥ ਹੈ ਉਸ ਨੂੰ ਤੁਸੀਂ ਫੋਲੋ ਕਰੋ, ਅਦਰਵਾਈਜ਼ ਸਿਵਲ ਮੈਰਿਜ ਕੀਤੀ ਜਾ ਸਕਦੀ। ਦੂਸਰਾ ਪਾਰਟ ਇਹ ਹੈ ਵੀ ਮਰਿਆਦਾ ਇੱਕ ਡਿਸਿਪਲਨ ਹੁੰਦਾ, ਹਰ ਕੌਮ ਦਾ ਇੱਕ ਡਿਸਿਪਲਨ ਹੈ, ਮਰਿਆਦਾ ਹੈ, ਸਿੱਖ ਧਰਮ ਦੀ ਮਰਿਆਦਾ ਹੈ ਔਰ ਉਸ ਦੇ ਵਿੱਚ ਆਨੰਦ ਕਾਰਜ ਦੀ ਰਸਮ ਹੀ ਦੋ ਸਿੱਖ ਪਰਿਵਾਰਾਂ ਦੇ ਵਿਚਕਾਰ ਔਰ ਦੋ ਸਿੱਖਾਂ ਦੇ ਵਿਚਕਾਰ ਹੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਫੋਲੋ ਕਰਨਾ ਔਰ ਜਿਵੇਂ ਉਸ ਤੋਂ ਬਾਅਦ ਮੰਗਲ ਸੂਤਰ ਜਾਂ ਦੂਸਰੀਆਂ ਤੀਸਰੀਆਂ ਚੀਜ਼ਾਂ ਆਈਆਂ, ਇਸ ਤੋਂ ਬਾਅਦ ਜ਼ਾਹਰ ਹੈ ਕਿ ਵੀ ਇਹ ਤਾਂ ਇੱਕ ਸ਼ੋਅਬਿਜ਼ ਸੀ ਰਾਦਰ ਦੈਨ ਕੋਈ ਫੇਥ। ਜੀ ਡਾਕਟਰ ਸਾਹਿਬ, ਸਾਡੇ ਕੋਲ ਕਾਫੀ ਸਾਰੇ ਵੀਰ ਭੈਣਾਂ ਮੈਸੇਜ ਸਾਡੇ ਕੋਲ ਅਗਲੇ ਸੈਗਮੈਂਟ ਤੇ ਵੀ ਆਏ ਨੇ। ਭਪਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਸੁਪਰੀਮ ਕੋਰਟ ਨੇ ਪਿਛਲੇ ਸੈਗਮੈਂਟ ਤੇ ਵੀ ਨਾ ਵੀਰ ਇਹਨਾਂ ਦੀ ਗੁਰਜੰਟ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਮਠਾਰੂ ਜੀ, ਉਹਨਾਂ ਨੇ ਲਿਖਿਆ ਕਿ ਵੀ TV 84 ਸੱਚੋ ਸੱਚ ਹੈ, ਇਹ ਇੱਕ ਬਹੁਤ ਹੀ ਪਾਵਰਫੁਲ ਬਾਤ ਹੈ, ਇਸ ਦੇ ਪਿੱਛੇ ਸਿੱਖ ਗੁਰੂ ਵੀ ਜੋ ਸਦਾ ਆਤਮਾ ਨੂੰ ਸ਼ਕਤੀ ਦਿੰਦੇ ਨੇ। ਇੱਕ ਗੱਲ ਬਹੁਤ ਖੂਬ ਹੈ, ਖਾਲਿਸਤਾਨ ਦੀ ਪ੍ਰਾਪਤੀ ਦੇ ਗੋਲ ਲਈ ਜੇ ਕੋਈ ਜਿਹੜੀ ਹੈ ਅਗਵਾਈ ਦੇ ਰਹੇ ਨੇ ਗੁਰੂ ਸਾਹਿਬ ਸਹਾਈ ਹੋਣ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਮਨਜੀਤ ਸਿੰਘ ਜੀ। ਔਰ ਇਸੇ ਤਰ੍ਹਾਂ ਸਿੰਘ ਸਾਹਿਬ ਦੀ ID ਤੋਂ, ਡਾਕਟਰ ਸਾਹਿਬ ਮੈਂ ਡਿਫੈਂਸ ਦੇ ਗੁਰਦੁਆਰੇ ਵਿੱਚ ਸੇਵਾ ਕਰਦਾ ਹਾਂ, ਅਸੀਂ ਉੱਥੇ ਜਿਹੜੇ ਪਰਸਨ ਵੀ ਦੂਸਰੇ ਧਰਮ ਦੇ ਹੁੰਦੇ ਸੀ ਉਹਨਾਂ ਦੇ ਅਸੀਂ ਵਿਆਹ ਨਹੀਂ ਕਰਦੇ, ਪਰ ਹੁਣ ਸਾਨੂੰ ਇਸ ਮੈਰਿਜ ਦਾ ਰੈਫਰੈਂਸ ਦੇ ਕੇ ਸਵਾਲ ਪੁੱਛੇ ਜਾ ਰਹੇ। ਜਦੋਂ ਅਸੀਂ ਇਹ ਗੱਲ ਕਹੀ ਕਿ ਕਿਵੇਂ ਰੋਂਗ ਪ੍ਰੈਸੀਡੈਂਟ ਸੈੱਟ ਹੁੰਦੇ ਨੇ ਜਦੋਂ ਹੁਣ ਇੰਨੀ ਹਾਈਲੀ ਪਬਲਿਸਾਈਜ਼ਡ ਮੈਰਿਜ ਹੈ ਅਤੇ ਜਿਹੜੇ ਗ੍ਰੰਥੀ ਜਾਂ ਜਿਹੜੀਆਂ ਮੈਨੇਜਮੈਂਟਸ ਨੇ ਫੈਸਲਾ ਕੀਤਾ ਹੋਇਆ, ਭਾਰਤ ਦੇ ਬਹੁਤ ਸਾਰੇ ਸ਼ਹਿਰਾਂ 'ਚ, ਪੂਨੇ ਦੇ ਵਿੱਚ, ਦੂਜਿਆਂ 'ਚ ਬਹੁਤ ਸਾਰਿਆਂ 'ਚ ਉਹਨਾਂ ਨੇ ਫੈਸਲਾ ਕੀਤਾ ਹੋਇਆ ਵੀ ਨਹੀਂ ਹੋਣਗੇ। ਹੁਣ ਉਹ ਕਹਿਣਗੇ ਜੇ ਆ ਲਓ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਅਰਦਾਸੀਆਂ ਨੇ ਪਰਫੋਰਮ ਕੀਤਾ ਜੀ। ਇਸੇ ਤਰ੍ਹਾਂ ਜਿਹੜੇ ਨੇ ਹਰਪਾਲ ਸਿੰਘ ਵੀਰ ਕਸ਼ਮੀਰ ਵਰਕ, ਬੜੇ ਦਿਨਾਂ ਬਾਅਦ ਆਏ ਨੇ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਿਸਤਾਨ ਜ਼ਿੰਦਾਬਾਦ 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 ਦੇ 5 ਨਾਰੇ ਲਾਏ ਨੇ। ਬਹੁਤ ਬਹੁਤ ਸ਼ੁਕਰੀਆ, ਮੈਨੂੰ ਫਿਕਰ ਸੀ, ਮੈਂ ਕਿਹਾ ਵਿਰਕ ਸਾਹਿਬ ਦੀ ਸਾਡੇ ਕੋਲ ਮੈਸੇਜ ਆਏ ਨੇ, ਸਾਡੇ ਕੋਲ ਮੈਸੇਜ ਆਇਆ ਭੁਪਿੰਦਰ ਸਿੰਘ ਜੀ ਦਾ, ਲਿਖਦੇ ਨੇ ਡਾਕਟਰ ਸਾਹਿਬ ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਪਾਣੀ
ਜੰਗ ਦਾ ਕਾਰਨ ਬਣੇਗਾ। ਪਹਿਰੇਦਾਰ ਅਖਬਾਰ ਪੂਰੀ ਖਬਰ ਪੜ੍ਹਨ ਤੇ ਪਤਾ ਲੱਗੇਗਾ ਕਿ ਅਸਲ ਗੱਲ ਕੀ ਹੈ। ਹਾਂ, ਇਹ ਈਵਨ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਸੀ ਕਿ ਇਸ ਸੈਂਚਰੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਮੁੱਦੇ ਤੇ ਲੜੀਆਂ ਜਾਣਗੀਆਂ, ਨਾ ਕਿ ਬਾਰਡਰ ਦੇ। ਔਰ ਸਾਡਾ ਤਾਂ ਪਾਣੀ ਲੁੱਟ ਕੇ ਲਿਜਾ ਰਹੇ ਨੇ। ਬਿਲਕੁਲ। ਅੱਗੇ ਮਨਜੀਤ ਸਿੰਘ ਮਠਾਰੂ ਲਿਖਦੇ ਨੇ, TV84 ਤੋਂ ਬਹੁਤ ਹੀ ਖਾਸ ਖਬਰ ਮਿਲਦੀ ਹੈ, ਖਾਸ ਕਰਕੇ ਖਾਲਿਸਤਾਨ ਦੀ ਪ੍ਰਾਪਤੀ ਦੇ ਨੇੜੇ ਕਰਦੀ ਹੈ। ਅੱਗੇ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਨੇ। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੜੇ ਹੀ ਪਿਆਰ ਅਤੇ ਮਾਣ ਨਾਲ ਲਿਖਿਆ। ਜੀ ਡਾਕਟਰ ਸਾਹਿਬ, ਐਂਡ ਵਾਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਜੀ ਡਾਕਟਰ ਸਾਹਿਬ। ਦੇਖੋ, ਦੋ ਯੂਨੀਵਰਸਿਟੀਜ਼, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਿਹਦੇ 'ਚੋਂ ਜਿਹੜਾ ਨੈਸ਼ਨਲਿਜ਼ਮ ਨਿਕਲਿਆ ਪਾਕਿਸਤਾਨ ਦਾ, ਜਿਹੜਾ ਉਸ ਨਾਲ ਸੰਬੰਧਿਤ ਔਰ ਬੜੀ ਨਿਖਰੀ ਹੋਈ ਸੋਚ ਸੀ, ਪਰ ਇੱਕ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਵਿੱਚ, ਜਿਹਦੇ 'ਚ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਬਾਅਦ ਡਾਕਟਰ ਜ਼ਾਕਿਰ ਹੁਸੈਨ, ਇਹ ਪੱਕੇ ਨੈਸ਼ਨਲਿਸਟ ਸੀ, ਇੰਡੀਅਨ ਨੈਸ਼ਨਲਿਸਟ ਸੀ, ਗਾਂਧੀ ਲਾਈਨ ਟੋ ਕਰਨ ਵਾਲੇ ਸੀ। ਸੋ ਇਹ ਦੋ ਪੈਰਲਲ ਕਰੰਟ ਰਨ ਕਰ ਰਹੇ ਸੀ। ਜਦੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਕਾਇਦੇ ਆਜ਼ਮ ਦੀ ਪਿਕਚਰ ਨੂੰ ਲੈ ਕੇ ਵਿਵਾਦ ਖੜਾ ਹੋਇਆ, ਤਾਂ ਬਹੁਤਿਆਂ ਨੇ ਕਿਹਾ ਜੀ ਕੋਈ ਨਹੀਂ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚੋਂ ਤਾਂ ਇਸਲਾਮਿਕ ਨੈਸ਼ਨਲਿਜ਼ਮ ਨਿਕਲਿਆ ਸੀ। ਹੁਣ ਅੱਜ ਦੀ ਇੱਕ ਮੇਨ ਖਬਰ ਹੈ, ਦਿੱਲੀ ਟੈਨਸ਼ਨ ਐਟ ਜਾਮੀਆ ਮਿਲੀਆ ਇਸਲਾਮੀਆ ਆਫਟਰ ਰੈਲੀ ਅਗੇਂਸਟ ਜਿੰਨਾ। ਹੁਣ ਜਿਹੜੀ ਯੂਨੀਵਰਸਿਟੀ ਨੇ ਈਵਨ ਟੂ ਨੇਸ਼ਨ ਥਿਊਰੀ ਅਪੋਜ਼ ਕੀਤਾ, ਕਾਇਦੇ ਆਜ਼ਮ ਦੀ ਵਿਰੋਧਤਾ ਕੀਤੀ, ਯੂਨਾਈਟਿਡ ਇੰਡੀਆ ਦੀ ਗੱਲ ਕੀਤੀ, ਉਹਦੇ ਬਾਹਰ ਜਿਹੜਾ ਉਹਨਾਂ ਨੇ ਅੱਜ ਜਿਹੜੇ ਆ ਉਹ ਸਟੂਡੈਂਟ ਵੀ ਨੇ ਬਾਹਰਲੇ ਬੰਦਿਆਂ ਨੇ ਆ ਕੇ ਯੂਨੀਵਰਸਿਟੀ ਦੇ ਬਾਹਰ, ਜਿਹੜਾ ਔਰ ਬਹੁਤ ਪੁਰਾਣੀ ਯੂਨੀਵਰਸਿਟੀ ਹੈ ਇਹ ਵੀ, ਔਰ ਇਹਦੇ ਲਾਅ ਕਾਲਜ ਦਾ 1920s ਦਾ ਪੁਰਾਣਿਆਂ 'ਚੋਂ ਹੈ, ਉਹਦੇ ਉੱਤੇ ਉਹਨਾਂ ਨੇ ਕੀਤਾ ਔਰ ਨਾਅਰੇ ਲਾਏ ਜਿੰਨਾ ਪ੍ਰੇਮੀ ਭਾਰਤ ਛੋੜੋ। ਹਾਲਾਂਕਿ ਜਿਨ੍ਹਾਂ ਦਾ ਕੋਈ ਤਾਲੁਕ ਨਹੀਂ ਹੈ ਜਾਮੀਆਂ ਦੇ ਨਾਲ, ਫਿਰ ਵੰਦੇ ਮਾਤਰਮ, ਹਿੰਦੂਆਂ ਕੋ ਡਰਾਉਣਾ ਬੰਦ ਕਰੋ। ਔਰ ਨਾਲ ਹੀ ਜਦੋਂ ਉਹਨਾਂ ਨੂੰ ਕਿਹਾ ਜੀ ਤੁਹਾਡੀ ਇੱਥੇ ਕੀ ਪ੍ਰੋਬਲਮ ਹੈ, ਇੱਥੇ ਤਾਂ ਕੋਈ ਪੋਰਟਰੇਟ ਵੀ ਨਹੀਂ, ਉਹਨਾਂ ਨੇ ਕਿਹਾ ਨਹੀਂ ਨਹੀਂ ਇਹ ਜਿਹੜੇ ਇੱਥੇ ਇਹਨਾਂ ਦੇ ਮੁਸਲਮਾਨ ਸਟੂਡੈਂਟ ਨੇ, ਪ੍ਰੋਫੈਸਰ ਨੇ, ਇਹ ਸਾਡੇ ਹਿੰਦੂਆਂ ਨੂੰ ਡਰਾਉਂਦੇ ਨੇ ਸਾਡੇ ਵਿਦਿਆਰਥੀਆਂ ਨੂੰ, ਔਰ ਅਸੀਂ ਇਸ ਲਈ ਇਸ ਦਾ ਵਿਰੋਧ ਕਰ ਰਹੇ ਹਾਂ। ਔਰ ਇਸ ਸਾਰੇ 'ਚੋਂ ਹੁਣ ਇਹ ਨਜ਼ਰ ਆ ਰਿਹਾ ਕਿ ਇਹ ਸਾਰੀ ਲਾਈਨ ਕਿੱਧਰ ਨੂੰ ਜਾ ਰਹੀ ਹੈ। ਜੀ ਰਾਜ ਸਾਹਿਬ, ਬਿਲਕੁਲ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਆਸਾ ਮਹੱਲਾ ਤੀਸਰਾ ਤੀਜਾ ਚੁਣਿਆ। ਮਨਮੁਖ ਝੂਠੋ ਝੂਠ ਕਮਾਵੇ, ਖਸਮੇ ਕਾ ਮਹਿਲ ਕਦੇ ਨਾ ਪਾਵੇ, ਦੂਜੇ ਲੱਗੀ ਭਰਮ ਭੁਲਾਵੇ, ਮਮਤਾ ਵੱਧ ਆਵੇ ਜਾਵੇ, ਦੁਹਾਗਣੀ ਕਾ ਮਨ ਦੇਖ ਸਿਗਾਰ, ਪੁੱਤਰ ਕਲੱਤਰ ਧਨ ਮਾਇਆ ਚਿਤ ਲਾਏ, ਝੂਠ ਮੋਹ ਪਖੰਡ ਵਿਚਾਰ ਰਹਾਉ। ਜਿਵੇਂ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ ਹੁੰਦਾ। ਸੋ ਇਸ ਦੇ ਵਿੱਚ ਦੋ ਜਿਹੜੇ ਰਸਤੇ ਨੇ, ਇੱਕ ਸੁਹਾਗਣ ਹੈ, ਸੁਹਾਗਣ ਉਹ ਹੈ ਜਿਹੜੀ ਰੂਹ ਰੱਬ ਦੇ ਨੇੜੇ ਹੈ, ਜਿਸ ਨੂੰ ਰੱਬ ਦੇ ਨਾਲ ਪ੍ਰੀਤ ਹੈ ਔਰ ਉਹ ਰੱਬ ਦੇ ਨਾਲ ਜੁੜੀ ਹੋਈ ਰੂਹ ਹੈ। ਦੁਹਾਗਣ ਉਹ ਹੈ ਜਿਹੜੀ ਮਾਇਆ ਦੇ ਨਾਲ ਜੁੜੀ ਹੋਈ ਹੈ, ਰੱਬ ਤੋਂ ਵਿਥ ਹੈ। ਦੁਹਾਗਣ ਕਾ ਮਨ ਦੇਖ ਸਿਗਾਰ, ਪੁੱਤਰ ਕਲੱਤਰ ਧਨ ਮਾਇਆ ਚਿਤ ਲਾਏ, ਝੂਠ ਮੋਹ ਪਖੰਡ ਵਿਚਾਰ। ਹੁਣ ਸੁਹਾਗਣ ਦਾ ਸ਼ਿੰਗਾਰ ਕੀ ਹੈ? ਸੁਹਾਗਣ ਦਾ ਸ਼ਿੰਗਾਰ ਹੈ ਰੱਬ ਦੀ ਯਾਦ, ਰੱਬ ਦੀ ਯਾਦ, ਉਸ ਦੇ ਨਾਲ ਜੁੜਨਾ, ਉਸ ਦੀ ਇਬਾਦਤ। ਤੇ ਦੁਹਾਗਣ ਦਾ ਗੁਰੂ ਸਾਹਿਬ ਕਹਿੰਦੇ ਨੇ ਵੀ ਕੀ ਸ਼ਿੰਗਾਰ ਹੈ? ਪੁੱਤਰ ਕਲੱਤਰ ਧਨ ਮਾਇਆ, ਕਲੱਤਰ ਹੁੰਦਾ ਹੈ ਵਾਈਫ, ਇਸਤਰੀ, ਪੁੱਤਰ, ਬੱਚੇ, ਧਨ ਮਾਇਆ ਚਿਤ ਲਾਏ, ਕਿ ਉਸ ਦਾ ਧਨ ਮਾਇਆ, ਪੁੱਤਰ, ਧੀਆਂ, ਇਸਤਰੀ, ਝੂਠ ਮੋਹ ਪਖੰਡ ਵਿਚਾਰ, ਉਸ ਦਾ ਜਿਹੜਾ ਇਹ ਝੂਠੀਆਂ ਚੀਜ਼ਾਂ ਜਿਹੜੀਆਂ ਕਿ ਡਿਸਟਰੋਏ ਹੋਣ ਵਾਲੀਆਂ ਨੇ, ਉਹਨਾਂ ਦੇ ਨਾਲ ਉਸ ਦਾ ਮੋਹ ਹੁੰਦਾ ਔਰ ਇਹ ਅਲਟੀਮੇਟਲੀ ਸਭ ਕੁਛ ਹੀ ਪਖੰਡ ਬਣਦਾ,
ਕਿਉਂਕਿ ਇਸ ਚੋਂ ਕੋਈ ਵੀ ਰਹਿਣ ਵਾਲੀ ਚੀਜ਼ ਨਹੀਂ ਹੈ ਜੀ। ਫਿਰ ਕਿਉਂਕਿ ਜਿਹੜੇ ਫਿਰ ਮਾਇਆ ਨਾਲ ਲੱਗਦੇ ਨੇ, ਝੂਠ ਪਖੰਡ ਨਾਲ ਲੱਗਦੇ ਨੇ, ਮਨਮੁੱਖ ਝੂਠੋ ਝੂਠ ਕਮਾਵੇ, ਉਸ ਦੀ ਜ਼ਿੰਦਗੀ ਦੇ ਅੰਦਰ ਵੀ ਝੂਠ ਹੁੰਦਾ। ਜਿਹੜਾ ਰੱਬ ਨਾਲ ਜੁੜਿਆ ਹੋਇਆ, ਰੱਬ ਸੱਚ ਹੈ, ਉਹਦੇ ਅੰਦਰ ਸੱਚ ਦੀਆਂ ਕਦਰਾਂ ਕੀਮਤਾਂ ਹੋਣਗੀਆਂ। ਜਿਹੜਾ ਝੂਠ ਨਾਲ ਜੁੜਿਆ ਹੋਇਆ ਉਹ ਝੂਠ ਵੱਲ ਜਾਏਗਾ। ਖਸਮੇ ਕਾ ਮਹਿਲ ਕਦੇ ਨਾ ਪਾਵੇ, ਖਸਮ ਸੱਚ ਹੈ, ਰੱਬ ਸੱਚ ਹੈ, ਅਤੇ ਜੇ ਝੂਠ ਦੇ ਉੱਤੇ ਤੁਹਾਡੀ ਆਸਥਾ ਹੈ ਜਾਂ ਝੂਠ ਦੇ ਉੱਤੇ ਤੁਹਾਡੀ ਇਮਾਰਤ ਟਿੱਕੀ ਹੋਈ ਹੈ ਤਾਂ ਤੁਸੀਂ ਰੱਬ ਦੇ ਘਰ ਕਦੇ ਨਹੀਂ ਪਹੁੰਚ ਸਕੋਗੇ। ਦੂਜਾ ਲੱਗੀ ਭਰਮ ਭੁਲਾਵੇ, ਮਮਤਾ ਵਾਧਾ ਆਵੇ, ਮਮਤਾ ਵਾਧਾ ਆਵੇ ਜਾਵੇ। ਹੁਣ ਕਿਉਂਕਿ ਉਹ ਦੂਜੀ ਲੱਗੀ, ਮਾਇਆ ਦੇ ਨਾਲ ਲੱਗਾ ਹੋਇਆ, ਇਸ ਲਈ ਭਰਮ ਦੇ ਵਿੱਚ ਉਹ ਪਟਕੇਗਾ। ਮਮਤਾ ਝੂਠੇ ਮੋਹ ਦੇ ਵਿੱਚ, ਪੁੱਤਰ ਕਲੱਤਰ ਇਸ ਦੇ ਵਿੱਚ ਉਹ ਬੱਝਾ ਹੋਇਆ, ਆਵੇ ਜਾਵੇ ਆਵਾਗੌਣ ਦੇ ਵਿੱਚ ਰਹੇਗਾ। ਸਾ ਸੁਹਾਗਣ ਜੋ ਪ੍ਰਭ ਭਾਵੇ, ਉੱਪਰ ਦੁਹਾਗਣ ਰੱਬ ਨਾਲੋਂ ਟੁੱਟੀ ਹੋਈ ਰੂਹ ਦੇ ਸਿਮਟਮਸ ਨੇ, ਹੁਣ ਉਹ ਜੇ ਜਿਹੜੀ ਰੱਬ ਨਾਲ ਜੁੜੀ ਰੂਹ ਹੈ ਸੁਹਾਗਣ ਹੈ। ਸਾ ਸੁਹਾਗਣ ਜੋ ਪ੍ਰਭ ਭਾਵੇ, ਗੁਰ ਸ਼ਬਦੀ ਸ਼ਿੰਗਾਰ ਬਣਾਵੇ। ਉਸ ਦੇ ਜਿਹੜਾ ਸ਼ਿੰਗਾਰ ਹੈ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ, ਗੁਰੂ ਦੇ ਸ਼ਬਦ ਦੇ ਉੱਤੇ ਅਮੰਨਾ ਕਰਨੀ। ਸੇਜ ਸੁਖਾਲੀ ਅਨ ਦਿਨ ਹਰ ਰਾਵੇ, ਮਿਲ ਪ੍ਰੀਤਮ ਸਦਾ ਸੁਖ ਪਾਵੇ। ਉਸ ਦੇ ਲਈ ਕਿਉਂਕਿ ਅਨ ਦਿਨ, ਦਿਨ ਔਰ ਰਾਤ ਉਹ ਰੱਬ ਦੀ ਯਾਦ 'ਚ ਜੁੜੀ ਹੋਈ ਰੂਹ ਹੈ, ਮਾਨੋ ਹਰ ਪਲ ਉਹ ਆਪਣੇ ਪਤੀ ਪਰਮੇਸ਼ਰ ਦਾ ਸੰਗ ਉਹ ਰੂਹ ਮਾਣ ਰਹੀ ਹੈ, ਉਸ ਪਤੀ ਪਰਮਾਤਮਾ ਦੇ ਆਨੰਦ ਦੇ ਵਿੱਚ ਉਹ ਜਿਹੜੀ ਹੈ ਉਹ ਸਰਸਾਰ ਹੈ। ਮਿਲ ਪ੍ਰੀਤਮ ਸਦਾ ਆਪਣੇ ਪਿਆਰੇ ਦੇ ਨਾਲ ਹਮੇਸ਼ਾ ਹੀ ਉਹ ਸੁਖੀ ਵੱਸਦੀ ਹੈ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੇ ਸਦਾ ਉਰਧਾਰ, ਨੇੜੇ ਵੇਖੇ ਸਦਾ ਹਦੂਰ, ਮੇਰਾ ਪ੍ਰਭ ਸਰਬ ਰਿਹਾ ਭਰਪੂਰ। ਉਹੀ ਸੁਹਾਗਣ ਸੱਚੀ ਹੈ ਜਿਸ ਦੀ ਸੱਚੀ ਮੁਹੱਬਤ ਹੈ ਆਪਣੇ ਪਿਆਰੇ ਦੇ ਨਾਲ, ਆਪਣੇ ਨਿਰੰਕਾਰ ਦੇ ਨਾਲ। ਉਹ ਹਮੇਸ਼ਾ ਉਰ ਕਹਿੰਦੇ ਨੇ ਦਿਲ ਨੂੰ, ਉਹ ਰੂਹ ਹਮੇਸ਼ਾ ਆਪਣੇ ਦਿਲ ਦੇ ਵਿੱਚ ਆਪਣਾ ਪਿਰ ਰੱਖੇ, ਆਪਣੇ ਪਿਆਰੇ ਨੂੰ, ਆਪਣੇ ਪ੍ਰੀਤਮ ਨੂੰ, ਆਪਣੇ ਪ੍ਰਭੂ ਨੂੰ ਆਪਣੇ ਦਿਲ 'ਚ ਵਸਾ ਕੇ ਰੱਖਦੀ ਹੈ। ਨੇੜੇ ਵੇਖਿਆ ਸਦਾ, ਉਹਦੇ ਲਈ ਰੱਬ ਕੋਈ ਦੂਰ ਨਹੀਂ, ਉਹ ਹਮੇਸ਼ਾ ਜਿਉਂਦੀ ਹੀ ਉਹ ਰੂਹ ਰੱਬ ਦੀ ਹਜ਼ੂਰੀ 'ਚ ਹੈ। ਉਸ ਦਾ ਜਿਹੜਾ ਉੱਠਣਾ ਬਹਿਣਾ, ਖਾਣਾ ਪੀਣਾ, ਸੌਣਾ ਜਾਗਣਾ ਉਸ ਦੇ ਹਜ਼ੂਰ ਹੈ, ਉਸ ਰੱਬ ਦੀ ਪ੍ਰੈਜੈਂਸ 'ਚ ਹੈ। ਮੇਰਾ ਪ੍ਰਭ ਸਰਬ ਰਿਹਾ ਭਰਪੂਰ, ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਮੇਰਾ ਵਾਹਿਗੁਰੂ ਹਰ ਥਾਂ 'ਤੇ ਮੌਜੂਦ ਹੈ, ਹਰ ਥਾਂ ਦੇ ਉੱਤੇ ਉਹ ਰੱਬ ਵਸਦਾ। ਅਖੀਰ ਗੁਰੂ ਸਾਹਿਬ ਨੇ ਫਰਮਾਇਆ, ਆਗੈ ਜਾਤ ਰੂਪ ਨਾ ਜਾਏ, ਤਿਹਾ ਹੋਵੇ ਜੇ ਕਰਮ ਕਮਾਏ, ਸ਼ਬਦੇ ਉੱਚੋ ਉੱਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਹੁਣ ਕੀ ਹੈ, ਇੱਥੇ ਜਿਹੜੇ ਦੁਨੀਆਂ ਦੇ ਲੋਕ ਪ੍ਰਾਈਡ ਕਰਦੇ ਨੇ, ਗਰਬ ਕਰਦੇ ਨੇ, ਹੰਕਾਰ ਕਰਦੇ ਨੇ, ਹੁਮ ਕਰਦੇ ਨੇ, ਜ਼ਾਤ ਉੱਚੀ ਜ਼ਾਤ, ਕਿਉਂਕਿ ਸਾਊਥ ਏਸ਼ੀਅਨ ਕੋਨਟੈਕਸਟ 'ਚ ਹੈ, ਬ੍ਰਾਹਮਣ ਆਪਣੇ ਚਾਹੇ ਕਿ ਮੈਂ ਸਭ ਤੋਂ ਉੱਚਾ ਹੈ, ਕਸ਼ਤਰੀ ਹੈ। ਔਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਦੂਸਰਾ ਕਾਹਦਾ, ਖਾਸ ਤੌਰ 'ਤੇ ਔਰਤਾਂ ਦੇ ਵਿੱਚ ਕਾਹਦਾ ਹੁੰਦਾ ਹੈ ਰੂਪ, ਕਿ ਜੀ ਮੈਂ ਸੋਹਣਾ, ਕਿ ਮੈਂ ਬਹੁਤ ਸੋਹਣੀ ਹੈ। ਇਹ ਇੱਕ ਪ੍ਰਾਈਡ ਹੈ ਜਿਹੜਾ ਕਿ ਜਿਸ ਲਈ ਬਾਬਾ ਫਰੀਦ ਨੇ, ਦੂਸਰਿਆਂ ਨੇ ਜਦੋਂ ਉਹਨਾਂ ਨੇ ਕਿਹਾ ਕਿ ਬਈ ਉਹ ਵੀ ਆਏਗਾ ਮਰਦਾਂ 'ਚ ਵੀ, ਕਿ ਜੀ ਜੈ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਘਾ, ਕਿ ਬਈ ਤੁਸੀਂ ਪੱਗ ਦਾ ਇੱਕ ਤੋਂ ਬਾਅਦ ਇੱਕ ਵਲ ਦੇ ਕੇ ਆਪਣੇ ਆਪ ਨੂੰ ਸਮਝਦੇ ਹੋ, ਵਾਰ ਵਾਰ ਸ਼ੀਸ਼ੇ ਤੋਂ ਹੀ ਨਹੀਂ ਮੂੰਹ ਚੁੱਕਦੇ, ਵੀ ਅਲਟੀਮੇਟਲੀ ਉਹ ਹੁਣ ਜਦੋਂ ਕਬਰ 'ਚ ਪੈਣਾ ਉਹਨੇ ਚੁੰਝ ਮਾਰਨੀ ਹੈ। ਫਿਰ ਜਦੋਂ ਔਰਤ ਦੀ ਖੂਬਸੂਰਤੀ ਦੀ ਗੱਲ ਹੈ, ਫਿਰ ਇਹ ਹੈ ਕਿ ਭਾਈ
ਉਹ ਹੈ ਕਿ ਵੀ ਜਿਹੜੀ ਕੱਜਰ ਰੇਖ ਨਾਲ ਸਹਿੰਦੇ ਆ ਕਿ ਵੀ ਜਿਹੜੀ ਕੱਜਲੇ ਦੀ ਰੇਖਾ ਵੀ ਲੱਗਦੀ ਸੀ ਕਿ ਇਸ ਖੂਬਸੂਰਤੀ ਦੇ ਉੱਤੇ ਵਾਧੂ ਦਾ ਭਾਰ ਹੈ, ਉਹ ਜਿਹੜਾ ਹੈ ਅਲਟੀਮੇਟਲੀ ਉਸ ਦੇ ਵਿੱਚ ਕਬਰਾਂ ਦੇ ਵਿੱਚ ਉਹ ਸਾਰਾ ਹੁੰਦਾ। ਸੋ ਅੱਗੇ ਜਾਤ ਰੂਪ ਨਾ ਜਾਏ, ਗੁਰੂ ਸਾਹਿਬ ਨੇ ਫਰਮਾਇਆ ਕਿ ਅੱਗੇ ਨਾ ਕੋਈ ਉੱਚੀ ਜ਼ਾਤ ਦਾ ਪ੍ਰਾਈਡ ਚੱਲੇਗਾ, ਨਾ ਹੀ ਖੂਬਸੂਰਤੀ ਦਾ ਕੋਈ ਫਖਰ ਹੋ ਸਕੇਗਾ। ਤਿਹਾ ਹੋਵੇ ਜਿਹ ਕਰਮ ਕਮਾਏ, ਉੱਥੇ ਤੁਹਾਡੀ ਨਿਰੰਕਾਰ ਦੇ ਦਰਬਾਰ ਦੇ ਵਿੱਚ ਤੁਹਾਡੀ ਪ੍ਰੈਜੈਂਸ ਜਿਹੜੀ ਹੈ ਉਹ ਤੁਹਾਡੇ ਕਰਮਾਂ ਦੇ ਨਾਲ, ਤੁਸੀਂ ਜ਼ਿੰਦਗੀ ਦੇ ਵਿੱਚ ਕੀਤਾ ਕੀ, ਰੱਬ ਦੇ ਕਿੰਨੇ ਕੁ ਕਰੀਬ ਰਹੇ, ਸੱਚ ਦੇ ਕਿੰਨੇ ਕੁ ਕਰੀਬ ਰਹੇ। ਜਦੋਂ ਅਸੀਂ ਬਾਣੀ 'ਚ ਇਹ ਪੜ੍ਹਦੇ ਹਾਂ ਕਿ ਭਾਈ ਉਹ ਮੂੰਹ ਕਾਲੇ ਦੋਜ਼ਖ ਚਾਲਿਆ, ਇੱਕ ਪਾਸੇ ਉਹ ਨੇ ਕਿ ਜਿਹੜੇ ਮੂੰਹ ਕਾਲੇ ਨੇ, ਦੋਜ਼ਖ ਦਾ ਨਰਕ ਦਾ ਰੰਗ ਹੈ, ਸ਼ਬਦੇ ਉੱਚੋ ਉੱਚਾ ਹੋਏ, ਜਿਹੜਾ ਸ਼ਬਦ ਦੇ ਨਾਲ ਜੁੜਿਆ ਹੋਇਆ ਉਹ ਰੂਹ ਉੱਚੋ ਉੱਚੀ ਹੁੰਦੀ ਜਾਂਦੀ ਆ, ਉਸਦਾ ਮੁਕਾਮ ਉੱਚਾ ਹੁੰਦਾ, ਨਾਨਕ ਸਾਚ ਸਮਾਵੈ ਸੋਏ। ਔਰ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਲਟੀਮੇਟਲੀ ਰੱਬ ਨਾਲ ਜੁੜੀ ਹੋਈ ਰੂਹ ਜਿਸ ਦਾ ਉੱਚਾ ਮੁਕਾਮ ਹੈ ਉਹ ਫਿਰ ਅਲਟੀਮੇਟ ਟਰੂਥ ਦੇ ਵਿੱਚ, ਉਸ ਨਿਰੰਕਾਰ ਦੇ ਵਿੱਚ ਸਮਾ ਜਾਂਦੀ ਹੈ। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਅਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੀ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਅਤੇ ਸੁਝਾਅ ਭੇਜੇ ਨੇ। ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ 'ਤੇ sos@tvg4.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣੇ ਸੁਣਾ ਗਿਆ ਦਿਓ, ਦੇਖਦੀ ਰਹੋ ਟੀਵੀ ਰਿਪੋਰਟ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।